ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਆਪਣਾ ਗੁਰਪ੍ਰੀਤ ਸਿੰਘ ਅਤੇ ਮੇਰੇ ਵੱਲੋਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ, ਨਮਸਤੇ ਐਂਡ ਗੁੱਡ ਆਫਟਰਨੂਨ। ਦੋਸਤੋ, ਮੈਂ ਤੁਹਾਡੇ ਨਾਲ ਗੱਲ ਕਰਨ ਜਾ ਰਿਹਾ ਜਪਾਨ ਵੀਜ਼ੇ ਦੇ ਬਾਰੇ ਦੇ ਵਿੱਚ। ਜਿਵੇਂ ਕਿ ਤੁਸੀਂ ਪਹਿਲਾਂ ਮੇਰੀ ਵੀਡੀਓ ਤੁਸੀਂ ਦੇਖ ਹੀ ਲਿਆ ਹੋਗਾ, ਜਪਾਨ ਦੇ ਰਿਲੇਟਡ ਹੀ ਮੈਂ ਵੀਡੀਓ ਅਪਲੋਡ ਕਰ ਰਿਹਾ। ਅਤੇ ਇਹਦੇ ਵਿੱਚ ਜਿਹੜਾ ਮੈਂ ਵੀਜ਼ਾ ਰੈਕੈਂਟਲੀ ਮੇਰਾ ਸਬਸਕ੍ਰਾਈਬਰ ਸੀ, ਉਹਨਾਂ ਨੇ ਮੈਨੂੰ ਕਾਲ ਕੀਤੀ ਕਿ ਭਾਅ ਜੀ, ਮੈਂ ਜਿਸ ਤਰ੍ਹਾਂ ਤੁਸੀਂ ਤੁਰਕੀ ਦੇ ਵੀਜ਼ੇ ਅਪਲਾਈ ਕੀਤੇ ਸੀ, ਕਿ ਤੁਸੀਂ ਮੇਰਾ ਮਤਲਬ ਜਪਾਨ ਦਾ ਵੀਜ਼ਾ ਅਪਲਾਈ ਕਰ ਸਕਦੇ ਹੋ ਕਿ ਨਹੀਂ। ਤਾਂ ਮੈਂ ਕਿਹਾ ਕਿਉਂ ਨਹੀਂ, ਬਿਲਕੁਲ ਮੈਂ ਕਰਾਂਗਾ। ਅਤੇ ਉਸ ਤੋਂ ਪਹਿਲਾਂ ਮੈਂ ਉਹਦੀ ਪ੍ਰੋਫਾਈਲ ਵਗੈਰਾ ਸਟੱਡੀ ਕੀਤੀ ਉਹਦੀ ਆਲਰੇਡੀ। ਦੋ ਤਿੰਨ ਵਾਰੀ ਉਹਨੇ ਦੁਬਈ ਟਰੈਵਲ ਕੀਤਾ, ਮਲੇਸ਼ੀਆ ਟਰੈਵਲ ਕੀਤਾ, ਸਿੰਗਾਪੁਰ ਟਰੈਵਲ ਕੀਤਾ। ਉਸ ਤੋਂ ਬਾਅਦ ਉਹਦੀ UK ਤੋਂ ਰਿਫਿਊਜ਼ਲ ਹੈਗੀ ਆ, ਕੈਨੇਡਾ ਤੋਂ ਰਿਫਿਊਜ਼ਲ ਹੈ। ਅਤੇ ਫਿਰ ਉਹਦਾ ਮੈਂ ਸਾਰੀ ITR ਵਗੈਰਾ ਚੈੱਕ ਕੀਤੀ, ਉਹਦਾ ਬਿਜ਼ਨਸ ਚੈੱਕ ਕੀਤਾ, ਜਿੰਨੀਆਂ ਵੀ ਉਹਦੀ ਟ੍ਰਾਂਜੈਕਸ਼ਨ ਆ ਉਹ ਸਾਰੀਆਂ ਚੈੱਕ ਕੀਤੀਆਂ ਗਈਆਂ। ਫਿਰ ਉਹਦੇ ਅਕਾਊਂਟ ਦੇ ਵਿੱਚ, ਇੱਕ ਤਾਂ ਉਹ ਰੈਕੈਂਟਲੀ ਮੈਰਿਡ ਸੀ, ਅਤੇ ਉਹਦੇ ਵਿੱਚ ਫਿਰ ਜਿੰਨੇ ਵੀ ਉਹਦੇ ਡਾਕੂਮੈਂਟ ਹੋਏ, ਮੈਰਿਜ ਸਰਟੀਫਿਕੇਟ ਹੋ ਗਿਆ, ਮੈਰਿਜ ਉਹਦਾ ਉਹਦੀ ਵਾਈਫ ਦੀ, ਉਹਨੇ ਵੈਸੇ ਆਫਟਰ ਮੈਰਿਜ ਹੀ ਉਹਨੇ ਆਪਣੀ ਵਾਈਫ ਦੇ ਨਾਲ ਉਹਨੇ ਟਰੈਵਲ ਕਰਨਾ ਸੀ ਜਪਾਨ ਦੇ ਵਿੱਚ। ਤਾਂ ਉਹਦੇ ਵਾਈਫ ਦੇ ਵੀ ਬੈਲੈਂਸ 4 ਕੁ ਲੱਖ ਰੁਪਏ ਉਹਦੇ ਅਕਾਊਂਟ 'ਚ ਸੀ, ਅਤੇ 4 ਜਾਂ 5 ਲੱਖ ਨੀਅਰ ਅਬਾਊਟ ਇਹਦੇ ਅਕਾਊਂਟ 'ਚ ਸੀ। ਨਾਲ ਉਹਦੀਆਂ ITR ਲੱਗੀਆਂ, 2 ਸਾਲ ਦੀ ITR, ਉਹਦੀ ਵਾਈਫ ਦੀ ITR ਲੱਗੀਆਂ। ਉਹਦੀ ਵਾਈਫ ਆਲਰੇਡੀ ਜੋਬ ਕਰਦੀ ਮੈਰਿਜ ਤੋਂ ਪਹਿਲਾਂ ਹੀ, ਅਤੇ ਉਹ ਵੀ ਉਹਦੇ ਡਾਕੂਮੈਂਟ ਨਾਲ ਅਟੈਚ ਕੀਤੇ ਗਏ। ਅਤੇ ਉਸ ਤੋਂ ਬਾਅਦ ਪ੍ਰੋਪਰ ਉਹਦੀ ਫਾਈਲ ਸਟੱਡੀ ਕੀਤੀ ਗਈ, ਉਹਦੀ ਅਕਾਊਂਟ ਦੀ ਟ੍ਰਾਂਜੈਕਸ਼ਨਾਂ ਚੈੱਕ ਕੀਤੀਆਂ ਗਈਆਂ। ਅਤੇ ਇੱਕ ਅੱਧਾ ਮਹੀਨਾ ਉਹਨੂੰ ਮੈਂ ਪਹਿਲਾਂ ਹੀ ਉਹਨੂੰ ਗਾਈਡ ਕਰਦਾ ਰਿਹਾ ਕਿ ਜੇ ਨੋਰਮਲ ਅਗਰ ਟ੍ਰਾਂਜੈਕਸ਼ਨ ਦੀ ਜ਼ਰੂਰਤ ਪਈ ਤਾਂ ਅਸੀਂ ਦੇਖ ਲਾਂਗੇ। ਪ੍ਰੋਪਰ ਫਾਈਲ ਸਟੱਡੀ ਕਰਨ ਤੋਂ ਬਾਅਦ ਹੀ ਉਹਦੀ ਮੈਂ ਫਿਰ ਵੀਜ਼ਾ ਅਪਲਾਈ ਕੀਤਾ, ਅਤੇ ਤੁਸੀਂ ਦੇਖਿਆ ਹੀ ਹੋਣਾ ਵਾ ਉਹਦਾ ਵੀਜ਼ਾ ਆ ਗਿਆ, ਉਹਦੇ ਵਾਈਫ ਦਾ ਵੀ ਵੀਜ਼ਾ ਨਾਲ ਹੀ ਦੋਨਾਂ ਦਾ ਆ ਗਿਆ ਹੈ। ਬਟ ਮੈਂ ਮੇਰੀ ਵੀਡੀਓ ਜਿਹੜੇ ਦੇਖ ਰਹੇ ਨੇ, ਜਿਹੜਾ ਜਪਾਨ ਟਰਾਈ ਕਰਨਾ ਚਾਹੁੰਦੇ ਨੇ, ਤਾਂ ਮੈਂ ਉਹਨਾਂ ਨੂੰ ਇੱਕੋ ਗੱਲ ਕਹਿਣਾ ਚਾਹੁੰਦਾ, ਦੇਖੋ ਜਪਾਨ ਬੇਸ਼ੱਕ ਅਕਤੂਬਰ ਤੋਂ ਓਪਨ ਹੋ ਗਿਆ ਵਾ, ਬਟ ਜਪਾਨ ਦਾ ਵੀਜ਼ਾ ਉਹੀ ਟਰਾਈ ਕਰਨ ਜਿਹਦੀ ਕਿ ਪ੍ਰੋਫਾਈਲ ਥੋੜ੍ਹੀ ਸਟਰੋਂਗ ਨਹੀਂ। ਅਗਰ ਜੇ ਤੁਹਾਡੀ ਪ੍ਰੋਫਾਈਲ ਸਟਰੋਂਗ ਹੈ ਤਾਂ ਫਿਰ ਹੀ ਅਪਲਾਈ ਕਰੋ, ਨਹੀਂ ਤਾਂ ਅਦਰਵਾਈਜ਼ ਰਿਜੈਕਸ਼ਨ ਦੇ ਚਾਂਸਿਸ ਬਹੁਤ ਜ਼ਿਆਦਾ ਨੇ। ਕਿਉਂਕਿ ਅਗਰ ਜਪਾਨ ਰਿਜੈਕਸ਼ਨ ਕਰੇਗਾ ਤਾਂ ਉਹਦੇ ਨਾਲ ਕੀ ਹੋਏਗਾ, ਸਟੈਂਪ ਤੁਹਾਡੇ ਪਾਸਪੋਰਟ 'ਤੇ ਲੱਗ ਜਾਏਗੀ, ਫਿਰ ਉਹਨੂੰ ਕਲੀਅਰ ਕਰਨ ਲਈ ਤੁਹਾਨੂੰ ਟਾਈਮ ਲੱਗੇਗਾ। ਅਤੇ ਇਹਦੇ ਲਈ ਫਿਰ ਤੁਹਾਨੂੰ ਮੈਂ ਇਹੋ ਸੁਜੈਸ਼ਨ ਕਰਾਂਗਾ, ਅਗਰ ਜੇ ਤੁਹਾਡੀ ਪ੍ਰੋਫਾਈਲ ਅੱਛੀ ਆ, ਅਗਰ ਤੁਹਾਡੇ ਅਕਾਊਂਟ 'ਚ ਬੈਲੈਂਸ ਹੈ, ਜੇ ਅਗਰ ਤੁਸੀਂ ਅੱਛੀ ਟਰੈਵਲ ਹਿਸਟਰੀ ਕੀ ਕਿਸੇ ਅੱਛੀ ਕੰਟਰੀਆਂ ਦੇ ਵਿੱਚ ਟਰੈਵਲ ਕੀਤਾ ਵਾ, ਜਾਂ 2-3 ਕੰਟਰੀਆਂ ਟਰੈਵਲ ਕੀਤਾ ਵਾ, ਤਾਂ ਤੁਹਾਡੇ ਲਈ ਬਹੁਤ ਈਜ਼ੀ ਹੋਏਗਾ ਜਪਾਨ ਲਈ ਟਰੈਵਲ ਕਰਨਾ। ਬਟ ਉਹਦੇ ਲਈ ਤੁਹਾਡੇ ਡਾਕੂਮੈਂਟੇਸ਼ਨ ਵੀ ਪ੍ਰਿਪੇਅਰ ਹੋਣੇ ਚਾਹੀਦੇ ਨੇ। ਅਗਰ ਜੇ ਡਾਕੂਮੈਂਟ ਤੁਹਾਡੇ ਸਹੀ ਨੇ, ਅਗਰ ਜੇ ਤੁਸੀਂ ਆਪਣੀ ਪ੍ਰੋਫਾਈਲ ਨੂੰ ਵੈਲ ਮੇਨਟੇਨ ਕੀਤਾ ਹੈ, ਤਾਂ ਫਿਰ ਜਪਾਨ ਇੰਨਾ ਟਫੈਸਟ ਨਹੀਂ ਹੈਗਾ ਤੁਹਾਡੇ ਲਈ ਵੀਜ਼ਾ ਲੈਣ ਲਈ। ਜਪਾਨ ਈਜ਼ਲੀ ਵੀਜ਼ਾ ਦੇ ਰਿਹਾ ਹੈ, ਬਟ ਉਹਦੇ ਲਈ ਤੁਹਾਡੀ ਪ੍ਰੋਫਾਈਲ ਵੀ ਸੂਟੇਬਲ ਹੋਣੀ ਚਾਹੀਦੀ ਹੈ। ਕਈਆਂ ਦੇ ਤਾਂ ਫਰੈਸ਼ ਪਾਸਪੋਰਟ 'ਤੇ ਵੀ ਦੇਖੋ ਵੀਜ਼ੇ ਆ ਰਹੇ ਨੇ, ਬਟ ਮੈਂ ਜੋ ਓਬਜ਼ਰਵ ਕੀਤਾ, ਜੋ ਮੈਂ 1-2 ਬੰਦਿਆਂ ਦੀ ਫਾਈਲ ਵਗੈਰਾ, ਮੇਰਾ ਫਰੈਂਡ ਸਰਕਲ 'ਚ ਵੀ ਹੈ ਜਿਹੜੇ ਫਾਈਲ ਵਗੈਰਾ ਪ੍ਰਿਪੇਅਰ ਕਰਦੇ ਆ, ਤਾਂ ਉਹਨਾਂ ਨਾਲ ਵੀ ਮੈਂ ਟੱਚ 'ਚ ਰਿਹਾ, ਉਹਨਾਂ ਨਾਲ ਮੈਂ ਗੱਲ ਕੀਤੀ। ਦੇਖੋ, ਕਈਆਂ ਦੀ ਆ ਜਾਂਦੇ, ਡਿਪੈਂਡ ਕਰਦਾ ਤੁਹਾਡੀ ਪ੍ਰੋਫਾਈਲਿੰਗ 'ਤੇ, ਤੁਸੀਂ ਕਿਸ ਤਰ੍ਹਾਂ ਆਪਣੀ ਪ੍ਰੋਫਾਈਲਿੰਗ ਐਮਬੈਸੀ ਦਿੰਦੇ। ਦੇਖੋ, ਮੈਂ ਉਹਨਾਂ ਦੇ ਲਈ ਜਿਹੜੀ ਪ੍ਰੋਫਾਈਲਿੰਗ ਕੀਤੀ, ਉਹਦੇ ਵਿੱਚ ਮੈਂ ਵੱਧ ਤੋਂ ਵੱਧ ਜਿੰਨੇ ਡਾਕੂਮੈਂਟ ਹੋਏ ਮੈਂ ਨਾਲ ਅਟੈਚ ਕੀਤੇ, ਤਾਂ ਕਿ ਉਹਨਾਂ ਨੂੰ ਰਿਫਿਊਜ਼ਲ ਦੇ ਚਾਂਸਿਸ ਨਾ ਹੋ ਸਕਣ, ਠੀਕ ਹੈ ਜੀ। ਅਤੇ ਬਾਕੀ ਜਪਾਨ ਦੇ ਲਈ ਮੈਂ ਤੁਹਾਨੂੰ ਦੱਸ ਦਿੰਦਾ ਡਾਕੂਮੈਂਟ ਕੀ ਕੀ ਚਾਹੀਦੇ ਆ। 6 ਮੰਥ ਤੁਹਾਡੇ ਪਾਸਪੋਰਟ ਦੀ ਵੈਲਿਡਿਟੀ ਹੋਣੀ ਚਾਹੀਦੀ ਹੈ, 1 ਜਾਂ 2 ਪੇਜ ਤੁਹਾਡੇ ਖਾਲੀ ਹੋਣੇ ਚਾਹੀਦੇ ਆ, ਕਲਰ ਪਾਸਪੋਰਟ ਫੋਟੋ ਚਾਹੀਦੀ ਆ ਤੁਹਾਡੇ, ਪਲੱਸ ਅਗਰ ਬਿਜ਼ਨਸ ਤੁਸੀਂ ਕਰਦੇ ਬਿਜ਼ਨਸ ਦੇ ਪਰੂਫ ਦਿਖਾ ਸਕਦੇ ਜੇ, ITR, ਹੋਰ ਤੁਸੀਂ ਕਰੰਟ ਅਕਾਊਂਟ ਦੇ ਸਕਦੇ ਜੇ, ਤੁਸੀਂ ਨਾਲ ਆਪਣਾ ਸੇਵਿੰਗ ਅਕਾਊਂਟ ਸ਼ੋਅ ਕਰ ਸਕਦੇ ਜੇ। ਫਲਾਈਟ ਟਿਕਟ ਵੈਸੇ ਕੰਪਲਸਰੀ ਨਹੀਂ ਹੈਗੀ, ਠੀਕ ਹੈ, ਡਮੀ ਟਿਕਟਸ ਤੁਸੀਂ ਲਗਾ ਸਕਦੇ ਜੇ। ਸੈਕਿੰਡਲੀ ਕੀ ਆ ਕਿ ਫੋਟੋ, ਪਾਸਪੋਰਟ ਸਾਈਜ਼ ਫੋਟੋ ਲੱਗਣੀ ਆ, ਕਲਰ ਫੋਟੋ ਲੱਗਣੀ ਆ ਤੁਹਾਡੀ ਵਾਈਟ ਬੈਕਗਰਾਊਂਡ ਦੇ ਨਾਲ। VFS ਤੋਂ ਤੁਹਾਨੂੰ ਪਤਾ ਅਪੁਆਇੰਟਮੈਂਟ ਲੈਣਾ ਪੈਂਦਾ, ਬੇਸਿਕਲੀ 3200 ਰੁਪਏ ਦਾ ਇਹਦੇ ਚਾਰਜਸ ਹੋਣਗੇ ਜਪਾਨ ਵੀਜ਼ਾ ਦੇ ਲਈ। ਇੰਨਾ ਕੋਸਟ ਅਗਰ ਆਪਾਂ ਕੰਪੈਰੀਜ਼ਨ ਕਰੀਏ ਤੁਰਕੀ ਹੋ ਗਿਆ, ਤੁਰਕੀ ਦੇ ਤਾਂ ਕਾਫੀ
चार्जेस ने उहदे लई कन्फर्म टिकटां, बट उहदे लई मैं इहो रिकमेंड करूँगा जिहदी अच्छी प्रोफाइली आ उह जापान प्रैफर कर सकदा स्टिल टाइम, क्योंकि देखो जे अगर तुहाडी प्रोफाइल अच्छी आ तां तुहाडे वीजे दे चांसिस वधिया ने। ठीक है जी, बाकी कन्फर्म डमी टिकट्स लगनियां तुहाडियां तो, और विदिन वीक दे अंदर अंदर वीजे जिहड़े आ उहनूं बाय कोरियर दे थ्रू मेरे क्लाइंट नूं मिल गए आ। ते मैं इहो ही तुहानूं दसना चाहांगा कि जे अगर तुहाडी प्रोफाइल अच्छी है तुसीं मेरे नाल कॉन्टैक्ट कर सकते जी, बाय व्हाट्सएप कर सकते जां तुसीं मैनूं मैसेज कर सकते जी, तो तुहानूं मैं उहदे लई गाइड कर सकदा। थैंक यू।